ਕਿਉਂਕਿ ਗੁਰਬਾਣੀ 1430 ਪੰਨਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਡੇ ਪਾਸ ਮੌਜੂਦ ਹੈ, ਜੋ 1601 ਨੂੰ ਮਹਾਰਾਜ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ੁਰੂ ਕੀਤੀ ਅਤੇ 1604 ਦੇ ਵਿੱਚ ਸੰਪੂਰਨ ਕਰਕੇ ਜਿਲਦ ਬਣਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਉਸਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਸੇਵਾ ਸੰਭਾਲ ਵਾਸਤੇ ਗ੍ਰੰਥੀ ਦੇ ਰੂਪ ਦੇ ਵਿੱਚ ਥਾਪਿਆ ਗਿਆ। ਇਹ ਬਾਣੀ 4-5 ਸਦੀਆਂ ਦੀ ਉਸ ਵੇਲੇ ਦੀ ਬੋਲੀ ਹੈ। ਸਾਨੂੰ ਬੜਾ ਇੱਕ ਵੀ ਸ਼ੰਕਾ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਵਿੱਚ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 13-14 ਬੋਲੀਆਂ ਦੀ ਵੈਕੈਬਲਰੀ ਸ਼ਬਦਾਵਲੀ ਹੈ, ਪਰ ਜਿਸ ਅੱਖਰਾਂ ਦੇ ਵਿੱਚ, ਜਿਸ ਲਿਪੀ ਦੇ ਵਿੱਚ ਅਸੀਂ ਪੰਜਾਬੀ ਬੋਲੀ ਲਿਖਦੇ ਹਾਂ ਉਹਨੂੰ ਗੁਰਮੁਖੀ, ਉਸਦਾ ਨਾਂ ਪ੍ਰਚਲਿਤ ਆ। ਅੱਖਰ ਗੁਰਮੁਖੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਪਰ ਉਹਦੇ ਵਿੱਚ ਸੰਸਕ੍ਰਿਤ, ਸਿੰਧੀ, ਪੰਜਾਬੀ, ਜਿੱਥੇ ਵੀ ਮਹਾਰਾਜ ਗਏ ਨੇ ਅਤੇ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ 13 ਬੋਲੀਆਂ ਜਿਹੜੀਆਂ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਕਿ ਉਹਨਾਂ ਦੀ ਸ਼ਬਦਾਵਲੀ ਹੈ 13 ਬੋਲੀਆਂ ਦੀ। ਪਰ ਮੈਂ ਸਮਝਦਾ ਵੀ ਇਸ ਤੋਂ ਵੀ ਵੱਧ ਆ। ਹੁਣ ਸੁਭਰ ਭਰੇ ਪ੍ਰੇਮ ਰਸ ਰੰਗ, ਸੁਭਰ ਸ਼ਬਦ ਜਿਹੜਾ ਹੈ ਬਾਂਗਰੂ ਬੋਲੀ ਦਾ ਆ, ਤਾਂ ਤਲੈ ਪੈਰ, ਸਿਰ ਤਲੈ ਪੈਰ ਉੱਪਰ ਹੈ, ਸੋ ਤੇਲ ਤਲਾ ਜਿਹੜਾ ਸ਼ਬਦ ਆ ਇਹ ਪੁਆਧੀ ਬੋਲੀ ਦਾ ਹੈ। ਸੋ ਇਸ ਲਈ ਲਿਮਿਟੇਸ਼ਨ ਨਹੀਂ ਅਸੀਂ ਕਰ ਸਕਦੇ ਕਿ ਕਿੰਨੀਆਂ ਬੋਲੀਆਂ ਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਆਡੀਅੰਸ ਵੇਖਦੇ ਸਨ ਉਸ ਵੇਲੇ, ਜਿਹੜੇ ਉਹ ਬੋਲੀ ਵਰਤਦੇ ਸਨ ਜਿਸ ਬੋਲੀ ਦਾ ਸਰੋਤਿਆਂ ਨੂੰ ਸਮਝ ਆ ਜਾਵੇ। ਸੋ ਸਦੀਆਂ ਦੇ ਹਿਸਾਬ ਨਾਲ ਬੋਲੀ ਬਦਲਦੀ ਆ ਰਹੀ ਹੈ। ਕਿਸੇ ਵੇਲੇ ਸੰਸਕ੍ਰਿਤ ਜਿਹੜੀ ਬੋਲੀ ਸੀ ਇਹ ਸਪਤ ਸਿੰਧੂ ਪੰਜਾਬ ਦੇ ਇਲਾਕੇ ਦੀ ਲੋਕਾਂ ਦੀ ਬੋਲੀ ਸੀ। ਪਾਣਿਨੀ ਰਿਸ਼ੀ ਨੇ 2100 ਸਾਲ ਪਹਿਲਾਂ ਇਹਦੇ ਵਿੱਚ ਆਪਣਾ ਇਹਦੇ ਨਿਯਮ ਬੰਧ ਅਤੇ ਗ੍ਰਾਮੈਟਾਈਜ਼ ਕਰ ਦਿੱਤਾ ਇਸ ਨੂੰ, ਵਿਆਕਰਣਕ ਉਹਨਾਂ ਨੇ ਅਸ਼ਟਅਧਿਆਈ ਵਿਆਕਰਨ ਲੈ ਕੇ ਇਹਨੇ ਨਿਯਮ ਸਖਤ ਬਣਾ ਤੇ ਕਿ ਉਹ ਵਿਦਵਾਨਾਂ ਦੀ ਕਿਤਾਬਾਂ ਵਿੱਚ ਬੋਲੀ ਰਹਿ ਗਈ। ਬਦਲਦੀ ਬਦਲਦੀ ਅੱਜ ਦੀ ਪੰਜਾਬੀ ਹੈ ਅਸੀਂ ਜਿਹੜੀ ਬੋਲ ਰਹੇ ਹਾਂ। ਸੋ ਇਸ ਲਈ 4-5 ਸਦੀਆਂ ਦੀ ਜਿਹੜੀ ਬੋਲੀ ਹੈ ਉਹ ਹੌਲੀ ਹੌਲੀ ਬਦਲਦੀ 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 ਰਹੀ, ਉਹ ਅੱਜ ਸਾਡੇ ਸਮਝ ਨਹੀਂ ਆਉਂਦੀ। ਬਾਕੀ ਗੁਰੂ ਨਾਨਕ ਸਾਹਿਬ ਤੋਂ ਸ਼ੇਰ ਫਕੀਰ ਦੀ ਬਾਣੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਵੀ ਸਿੱਖਾਂ ਨੂੰ ਇਹ ਪੁੱਛਣ ਦੀ ਲੋੜ ਪਈ, ਮਹਾਰਾਜ ਵੀ ਬਾਣੀ ਦੇ ਅਰਥ ਸਾਨੂੰ ਨਹੀਂ ਸਮਝ ਆਉਂਦੇ, ਤਾਂ ਉਹਨਾਂ ਕਿਹਾ ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਪ੍ਰੇਮ ਨਾਲ ਅਰਥ ਸਿੱਖਣੇ। ਸਿੱਖ ਕੋਡ ਆਫ ਕੰਡਕਟ ਦੇ ਵਿੱਚ ਜਿਹੜਾ 20ਵੀਂ ਸਦੀ ਵਿੱਚ ਬਣਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿੱਚ ਵਿਦਵਾਨਾਂ ਦੇ ਇਕੱਠੇ ਹੋ ਕੇ, ਉਹਦੇ ਵਿੱਚ ਕਿਹਾ ਅਰਥ ਕਰਨੇ ਅਤੇ ਦੱਸਣੇ ਦਾ ਮਤਲਬ ਕਥਾ ਕਰਨੀ ਗੁਰਬਾਣੀ ਦੀ, ਅਤੇ ਉਹਦੇ ਵਿੱਚ ਖਾਸ ਇਹ ਹਦਾਇਤ ਹੈ ਕਿ ਕਥਾ ਦਾ ਉਦੇਸ਼, ਮਤਲਬ ਉਹਦਾ ਮਕਸਦ ਕੀ ਹੈ, ਉਹਦਾ ਨਿਸ਼ਾਨਾ ਕੀ ਹੈ। ਕਥਾ ਦਾ ਉਦੇਸ਼ ਗੁਰਮਤਿ ਦ੍ਰਿੜਾਉਣਾ ਹੋਵੇ, ਨਹੀਂ ਤਾਂ ਇੱਕ ਇੱਕ ਮਿਸਾਲ ਨੂੰ, ਇੱਕ ਇੱਕ ਚੀਜ਼ ਨੂੰ ਲੈ ਕੇ ਆਪਣੇ ਮਤ ਮਤਾਂਤਰਾਂ ਵੱਲ ਖਿੱਚ ਕੇ ਦਿਨਾਂ ਤੱਕ ਹਫ਼ਤਿਆਂ ਤੱਕ ਲੋਕ ਜਿਹੜੀ ਆ ਉਹੀ ਕਥਾ ਵਿੱਚ ਤੁਰੇ ਜਾਣਗੇ। ਪਰ ਉਸ ਨੂੰ ਦੇ ਇਸ ਤਰ੍ਹਾਂ ਅਰਥ ਸਮਝਣੇ ਆ ਕਿ ਗੁਰਮਤ ਦੇ ਕਸਪੱਟੀ ਦੇ ਉੱਪਰ ਕਿਹੜੀ ਚੀਜ਼, ਕਿਹੜੇ ਅਰਥ ਜਿਹੜੇ ਨੇ ਉਹ ਢੁੱਕਦੇ ਨੇ। ਸੋ ਇਸ ਲਈ ਮਹਾਰਾਜ ਨੇ ਇਹ ਕਿਹਾ ਕਿ ਭਾਈ ਗੁਰਸਿੱਖਾਂ ਪਾਸੋਂ ਉਹਦੇ ਅਰਥ ਸਮਝੋ ਅਤੇ ਪ੍ਰੇਮ ਦੇ ਨਾਲ ਸਮਝੋ, ਸਤਿਕਾਰ ਵਜੋਂ, ਕਿ ਇਹ ਨਹੀਂ ਵੀ ਆਪਣਾ ਕਿਸੇ ਨੂੰ ਠੇਡਾ ਮਾਰਨ ਵਾਸਤੇ ਕਿਸੇ ਨੂੰ ਘਟ ਗਿਆ ਅਤੇ ਅਨਪੜ੍ਹ ਜਾਂ ਅਣਜਾਣ ਸਮਝਣਾ
ਅਤੇ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਦੂਸਰੇ ਦੀ ਹੱਤਕ ਕਰਨੀ, ਆਪਣੇ ਆਪ ਨੂੰ ਵੱਡਾ ਦਰਸਣਾ, ਇਹ ਨਹੀਂ। ਪ੍ਰੇਮ ਅਤੇ ਸਤਿਕਾਰ ਸਹਿਤ ਆਪ ਤੋਂ ਜੋ ਵੱਧ ਜਾਣਦਾ ਹੈ ਉਸ ਤੋਂ ਪੁੱਛਣਾ ਵੀ ਗੁਰਬਾਣੀ ਦਾ ਕੀ ਅਰਥ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੀ ਸਿੱਖਾਂ ਨੇ ਬੇਨਤੀ ਕੀਤੀ, ਸਾਖੀ ਆਉਂਦੀ ਹੈ ਕਿ ਮਹਾਰਾਜ ਗੁਰਬਾਣੀ ਦੇ ਅਰਥ ਕਰਦਿਆਂ ਵੀ ਕਈ ਗਿਆਨੀ ਪੁਰਸ਼ ਗੁਰਸਿੱਖ ਆਪਸ ਵਿੱਚ ਦੀ ਜਿੱਦ ਜਿੱਦ ਕਰ ਪੈਂਦੇ ਨੇ, ਆਪਸ ਵਿੱਚ ਨਾਰਾਜ਼ਗੀ ਬਹਿਸ ਮਬਹਿਸਾ ਕਰ ਲੈਂਦੇ ਨੇ। ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਚਰਚਾ ਚਾਰ ਪ੍ਰਕਾਰ ਦੀ ਹੈ, ਚਰਚਾ, ਗੋਸ਼ਟੀ, ਵਿਚਾਰ ਵਟਾਂਦਰਾ, ਪੁੱਛਣਾ ਦੱਸਣਾ। ਇਹਨੂੰ ਕਿ ਚਰਚਾ ਕਿਹਾ ਵਾ ਸਿੱਖ ਸੂਰਜ ਪ੍ਰਕਾਸ਼ ਦੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ। ਵਾਦ ਹਰ ਚਰਚਾ, ਹੇਤ ਚਰਚਾ, ਜਲਪਾ ਚਰਚਾ, ਵਿਤੰਡਾ ਚਰਚਾ, ਦੋ ਪ੍ਰਕਾਰ ਦੀ ਚਰਚਾ ਤੋਂ ਸਿੱਖ ਨੇ ਬਚਣਾ ਆ ਅਤੇ ਦੋ ਪ੍ਰਕਾਰ ਦੀ ਚਰਚਾ ਕਰਨੀ ਆ। ਜਿਵੇਂ ਯੋਗੀਆਂ ਨਾਲ ਸਵੇਰ ਪਰਬਤ 'ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਚਰਚਾ ਕੀਤੀ ਸੀ ਗੋਸ਼ਟ, ਅਤੇ ਪਹਿਲੀ ਵਾਦ ਚਰਚਾ ਵੀ ਕਿਸ ਆਪਣਾ ਇਹਨੂੰ ਜੋ ਪ੍ਰੇਮ ਸਹਿਤ ਕਿਸੇ ਤੋਂ ਜੋ ਜਾਣ ਦੋ ਆਪਣੇ ਤੋਂ ਵੱਧ ਜਾਣਦਾ ਹੈ ਉਹਨੂੰ ਮਾਣ ਸਤਿਕਾਰ ਨਾਲ ਸਤਿਕਾਰ ਭਰਪੂਰ ਸ਼ਬਦਾਂ ਦੇ ਵਿੱਚ ਪੁੱਛ ਲੈਣਾ ਅਤੇ ਪੁੱਛ ਕੇ ਜੋ ਉਹਨੇ ਦੱਸਿਆ ਉਹਨੂੰ ਹਿਰਦੇ ਵਿੱਚ ਧਾਰ ਲੈਣਾ, ਸਮਝ ਲੈਣਾ। ਦੂਜੀ ਹੈਗੀ ਆ ਹੇਤ ਚਰਚਾ, ਜਿਹੜਾ ਆਪਣਾ ਜੋ ਦੋ ਵਿਦਵਾਨ ਜਿਵੇਂ ਦੋ ਦੀਵੇ ਬਾਲ ਕੇ ਇਕੱਠੇ ਜਾਣ, ਵੈਸੇ ਦੀਵੇ ਦੇ ਥੱਲੇ ਹਨੇਰਾ ਹੁੰਦਾ ਹੈ ਨਾ, ਥੋੜ੍ਹਾ ਜਿਹਾ ਚਾਨਣ ਦੇ ਥਾਂ ਬਚਿਆ ਹੁੰਦਾ ਹੈ, ਅਤੇ ਜੇ ਦੋ ਦੀਵੇ ਜਗਦੇ ਹੋਣ ਉਹਦਾ ਹਨੇਰਾ ਦੂਰ ਕਰ ਦਿੰਦਾ, ਉਹ ਦੂਜਾ ਦੀਵਾ ਜਿਹੜਾ ਉਹ ਪਹਿਲੇ ਦਾ ਹਨੇਰਾ ਦੂਰ ਕਰ ਦਿੰਦਾ। ਤੋ ਇਸ ਤਰ੍ਹਾਂ ਦੋ ਵਿਦਵਾਨ ਮਿਲ ਕੇ ਪ੍ਰੇਮ ਸਹਿਤ ਵਿਚਾਰ ਕਰਕੇ ਜੋ ਅਗਲਾ ਆਪ ਨੂੰ ਆਉਂਦਾ ਉਹਨੂੰ ਦੱਸ ਦੇਣਾ, ਜੋ ਉਹਨੂੰ ਆਉਂਦਾ ਆ ਉਹ ਆਪ ਸਮਝ ਲੈਣਾ, ਅਤੇ ਦੋਵਾਂ ਦੇ ਸਾਰ ਜੋ ਬਾਤ ਹੈ ਉਹ ਕਹਿ ਕੇ ਅਪਣਾ ਲੈਣੀ, ਅਤੇ ਆਪ ਸਵੇਰ ਦੀ ਬਹਿਸ ਮਬਹਿਸਾ ਨਹੀਂ ਕਰਨਾ, ਪਰਸਪਰ ਪ੍ਰੇਮ ਪਿਆਰ ਦੇ ਵਿੱਚ ਰਹਿਣਾ ਆ। ਸੋ ਇਹ ਵੀ ਭਲੇ ਵਾਲੀ ਗੱਲ ਆ। ਅਤੇ ਜੇ ਤੀ ਚੌਥੀ ਚਰਚਾ ਇਹ ਹੈ ਕਿ ਆਪ ਨੂੰ ਨਹੀਂ ਪਤਾ ਅਤੇ ਜਾਣਕਾਰ ਵਿਅਕਤੀ ਨੂੰ ਪੁੱਛ ਕੇ, ਜਿਹੜਾ ਜਾਣਦਾ ਪ੍ਰੇਮ ਸਹਿਤ ਉਹਦੇ ਕੋਲੋਂ ਪੁੱਛ ਕੇ ਗੁਰਬਾਣੀ ਦੇ ਅਰਥ ਸਮਝ ਕੇ ਹਿਰਦੇ ਵਿੱਚ ਧਾਰਨ ਕਰਨੀ।